اللہ الرحمن الرحیم السلام علیکم ویکھ رہے ہو تسی اپنا کرنانا چینل تے میں تہاڈا میزبان حاجی ارفاق بھراواں واسطے روز دی نویں تے نویں ویڈیو لے کے حاضر ہو ویدا انشاءاللہ امید کرنے ہاں ویڈیو تہاڈے پسند وی آوے دی لائک وی کرو دے شیئر وی کرو دے سب تو پہلا اپنے چینل نو کرنا سبسکرائب تے بیل آئیکان دا بٹن ضرور دبانا تاکہ ساڈی آرا آن والی ویڈیو جیڑی ہے اے تہاڈے تک بآسانی پہنچ سکے ویڈیو اس طرح جی صاحب لکھوں دی ویڈیو ہے چودھری مدثر گجر دی گاواں دی ویڈیو ہے پانچ گاواں نے تے گاواں بہا سڑنے ہیں تو انہوں انشاءاللہ امید کرنا کہ تہاڈے پسند آون دیاں نمبر بھی انہاں دا روٹین نال جس طرح دئی دا اسی طرح نمبر بھی ویڈیو جی دینے ہاں تے گاواں دا سوا گاواں دا دودھ تے گاواں دا سارا حساب کتاب پوچھ لینے ہاں تے پانچ گاواں نے انہاں کول دو کہ ترے سوئیاں نے باقیاں بھی پوچھ لینا کتنی سوئیاں نے کتنی سونے والی نے کہڑی عمر نے السلام علیکم کیا حال ہے ٹھیک ہو کتنی گاواں گاواں پانچ گاواں نمبر ایک بہائیے شروع کریے پہلا نمبر بولو 0-344-43-81-808 پھر بولو 0-344-43-81-808 واٹس ایپ بنے چلو اچھا گاہ نمبر ایک ہے جڑی وہان لگے ہیں یہ کتنے سوئے ہیں یہ دوسرے سوئے جائے صاحب دوسرے سوئے کدو دی سوئی جائے کل سوئی جائے صبح صبح جا تے کنا کو بولا چویا جے دا بولا دا وقت کی دورا حساب جڑا دو ٹائم جڑا چویا او دسنا ہے جڑا ہن اس ٹائم حاضر وقت سن جا 20 کلو ہے ساری اٹھو جا نہیں جڑی ادھی ہے تقریبا 10 12 چونے تے دوجا بچی کی اچھا تے جوڑی چوندے ہو تے جوڑی پیال دے ہو نہیں ترے تھان چاہیے نے 14-15 پھر چوندے تے دوجا بچی کی دی گاں وہا پڑیا ساری چوہ پاسیو تے بچی بھی وہا تے ایدی کی ڈیمانڈ جے نیڑے آ لین دیو کیمرامین نو تے پھر ڈیمانڈ جی پوچھ رہے ہیں کیڑی نسل جی اے چولستانی دی جرسی چولستانی جرسی اے تے نیڑے نیڑے رہو کیمرے دی آواز صاف آوے دی ਪਰਾਤ ਰਾਤ ਕਰਦੇ ਨੇ ਆਵਾਜ਼ ਨਹੀਂ ਸਾਫ ਆਉਂਦੀ ਤੇ ਇਹਦੇ ਕੀ ਆਪਣਾ ਡਿਮਾਂਡ ਇਹਦੀ ਕੀ ਜੇ ਇਹਦਾ ਹਾਈ ਸਾਹਿਬ ਜਿਹੜਾ ਮੁੱਲ ਹੈ ਨਾ ਜਾ ਇਹ 2,85,000 2,85,000 ਅੱਛਾ ਫਾਈਨਲ ਕੋਈ ਦੀਦ ਸ਼ਰਮ ਚਲੋ ਫਿਰ ਉਹ ਤੇ ਫਿਰ ਬਾਅਦ ਦੀ ਗੱਲ ਪਹਿਲਾਂ ਟੋਰ ਟੋਰ ਬਾਅਦ ਥੋੜ੍ਹੀ ਜੀ ਉਹ ਲਿਆਓ ਬੈਡੀ ਸੱਜੀ ਗਾਂ ਨੰਬਰ 2 ਪਾਓ ਜੀ ਅੱਛਾ ਵੱਛੀ ਸੀ ਮਗਰ ਵੱਛੀ ਵੀ ਨਸਲੀ ਹੈ ਲਓ ਜੀ ਦੋ ਗਾਂ ਨੰਬਰ ਇੱਕ ਦੂਜੇ ਸੂਏ ਜੇ 2,85 ਡਿਮਾਂਡ ਜੇ ਉਹਨਾਂ ਦੀ ਸਾਈਆਂ ਦੀ ਮਗਰ ਵੱਛੀ ਸੂ ਕੱਲ੍ਹ ਸੂਈ ਜੇ ਅਤੇ ਰਾਬਤਾ ਕਰ ਲਈਓ ਪਸੰਦ ਆਈ ਤੇ ਗਾਂ ਨੰਬਰ 2 ਵੱਛੀ ਲਿਆ ਖੋਲ ਇਹ ਗਾਂ ਦਿਓ ਦੇ ਨਾਲ ਚੰਗੀ ਲੱਗਦੀ ਹੈ ਚੌਕੀ ਵੀ ਹੈ ਨਾਲ ਇਹਦੀ ਨਸਲ ਕਿਹੜੀ ਜੇ ਇਹ ਜਰਸੀ ਤੇ ਆਸਟ੍ਰੇਲੀਅਨ ਦਾ ਕਰਾਸ ਆਸਟ੍ਰੇਲੀਅਨ ਦਾ ਕਰਾਸ ਹੈ ਜਰਸੀ ਇਹ ਥਾਣ ਵੀ ਸੋਹਣੇ ਸੋ ਹੈ ਉਹਨਾਂ ਲਿਆ ਬਸ ਹੋ ਜੀ ਮੂੰਹ ਪੱਟੋ ਸਵਾ ਇੱਕ ਵਾਰੀ ਕੀ ਆਖਦੀ ਹੈ ਲਾ ਕਰ ਲਾ ਚੁੱਕੀ ਲਾ ਦੇ ਵੱਛੀ ਹੈ ਇਹਦੇ ਮਗਰ ਵੀ 24 ਜਾ ਵੱਛੀ ਸੂਈ ਦੇ ਮਗਰ ਵੀ ਵੱਛੀ ਮੂੰਹ ਤੇ ਚੋਗੀ ਜੇ ਜਾ ਤੇ ਵੱਛੀ ਕਿੰਨੇ ਦਿਨਾਂ ਦੀ ਹੋ ਗਈ ਸੂ ਅੱਜ 8 ਦਿਨਾਂ ਦੀ ਸੂਈ 8 ਦਿਨਾਂ ਦੀ ਕਿੰਨਾ ਕੋਈ ਕੇ ਚੁੰਦੇ ਉਸ ਤੇ ਅੱਜ ਸਾਹਿਬ ਤੈ ਥਾਣ ਦੇ ਚੁੰਨੇ ਤਰੋ ਥਾਣ ਦਾ 14 ਕਿਲੋ ਬੋਲਾ 14 ਕਿਲੋ ਫਾਈਨਲ 14 ਜੀ ਪੱਕਾ ਜਿਹੜਾ ਇਹ ਜਿਹੜਾ ਜਾਨ ਨੂੰ ਛੱਡ ਕੇ 14 ਕਿਲੋ ਜਾਨ ਨੂੰ ਛੱਡ ਕੇ ਅੱਛਾ ਤੇ ਹੁਣ ਇਹਦੀ ਡਿਮਾਂਡ ਜਿਹੜੀ ਹੈ ਉਹ ਕੀ ਡਿਮਾਂਡ ਹੈ ਤੁਹਾਡੀ ਮੂੰਹ ਦੀ ਚੋਗੀ ਹੈ ਪਹਿਲਣ ਵੀ ਹੈ ਨਸਲ ਵੀ ਹੈ ਚੰਗੀ ਥਾਣ ਵੀ ਸੋਹਣੇ ਲੱਗੇ ਸੂ ਤੇ ਵੱਛੀ ਵੀ ਮਗਰ ਹੈ ਤੇ ਕੀ ਡਿਮਾਂਡ ਹੈ ਇਹਦੀ ਇਹਦਾ ਹਾਈ ਸਾਹਿਬ ਜਿਹੜਾ ਮੁੱਲ ਹੈ ਨਾ 2,15,000 ਫਾਈਨਲ 2,15,000 ਫਾਈਨਲੀ ਫਾਈਨਲੀ ਲਾਸਟ ਲਾਸਟ ਕੋਈ ਦੀਦ ਸ਼ਰਮ ਹੁਣ ਮੁੱਲ ਹੀ ਤੁਸੀਂ ਆਪੂ ਕਹਿੰਦੇ ਹੋ ਵਛਾਈ ਜਾਇਦ ਕਰਿਆ ਕਰੋ ਨਹੀਂ ਮੁੱਲ ਜਾਇਦ ਕਰਿਆ ਕਰੋ ਉਹਦੇ ਵਿੱਚ ਵੇਖੋ ਨਾ ਵੇਖਣ ਵਾਲਾ ਬੰਦਾ ਇੱਕ ਵਾਰੀ ਜਿਹੜਾ ਉਹ ਅਗੂ ਦੀਦ ਸ਼ਰਮ ਹੁੰਦਾ ਕੋਈ ਨਹੀਂ ਚੀਜ਼ ਚੰਗੀ ਹੈ ਤਾਂ ਹੀ ਪਿਆਰ ਨਾ ਨਾ ਬਾਈ ਮੂੰਹ ਤੇ ਵੀ ਚੋਗੀ ਹੈ ਤੇ ਨਸਲੀ ਵੀ ਆਏ ਦੁੱਧ ਵੀ ਦੱਸ ਰਿਹਾ ਜੀ ਜਿੰਨਾ ਦਿੰਦੀ ਹੈ ਵੀ ਗਾਂ ਨੰਬਰ 3 ਪਾਓ ਅੱਛਾ ਜੀ ਲਿਆਓ ਗਾਂ ਨੰਬਰ 3 ਰਾਮ ਨਾਲ ਭਜਾਣੀ ਨਹੀਂ ਅੱਛਾ ਇਹ ਕਦੋਂ ਸੁਣਦੀ ਜੇ ਇਹਦੇ ਹਾਈ ਸਾਹਿਬ 10 ਦਿਨ ਰਹਿੰਦੇ ਜੀ ਦਿਹਾੜੇ 10 ਕੱਢਦੀ ਇਹਦਾ ਦੂਸਰਾ ਸੂਆ ਜੀ ਅੱਛਾ ਤੇ ਛਿੱਕੀ ਮੂੰਹ ਦੀ ਦਿਹਾੜੇ 10 ਕੱਢ ਜੇ ਦੀ ਜਾ ਜਾ ਤੇ ਮੂੰਹ ਦੀ ਛਿੱਕੀ ਹੈ ਪੱਟੋ ਪੱਟੋ ਜੀ
ਆਸਟ੍ਰੇਲੀਅਨ ਹੈ ਵੀ ਯਾ ਵੇਅਰ ਆਸਟ੍ਰੇਲੀਅਨ ਹੈ ਰੀਜ਼ਨ ਦਾ ਕ੍ਰਾਸ ਵੇਖਿਆ ਕ੍ਰਾਸ ਹੈ ਛਿੱਗੀ ਇਹ ਛਿੱਗੀ ਹੈ ਛਿੱਗੀ ਤੇ ਦਿਹਾੜੇ 10 ਕੱਢਦੀ ਹੈ ਕੇ ਡਿਮਾਂਡ ਇਹਦੀ ਕੇ ਜੇ ਉਹ ਲੱਗ ਗਿਆ ਇਹਦਾ ਆਈ ਸਾਹਿਬ ਜਿਹੜਾ ਫੈਨਰ ਬੋਲੇ ਨਾ ਉਹ 260 260,000 ਇਹਦਾ ਫਾਈਨਲ ਫਾਈਨਲ ਅੱਛਾ 260,000 ਰੁਪਈਆ ਜੀ ਗਾਂ ਨੰਬਰ 3 ਜਿਹੜੀ ਹੈ 260,000 ਹੈ ਜੀ ਦਿਹਾੜੇ 10 ਕੱਢਦੀ ਹੈ ਅਤੇ ਅੱਗੋਂ ਇਹਨੇ ਤੀਜੇ ਸੂਏ ਸੂਣਾ ਦੂਜੇ ਸੂਏ ਸੂਣਾ ਸੂ ਛਿੱਗੀ ਹੈ ਮੂੰਹ ਦੀ ਅਤੇ ਗਾਂ ਨੰਬਰ 4 ਜਿਹੜੀ ਹੈ ਉਹ ਹੈ ਗਾਂ ਹੈ ਨਹੀਂ ਪਾਣੀ ਗਾਂ ਦੀ ਹਾਈਟ ਸ਼ਾਈਟ ਅਤੇ ਮਾਸ਼ਾਅੱਲਾ ਚੰਗੀ ਹੈ ਕਿਤਨੀ ਡਿਮਾਂਡ ਇਹਦੀ ਕੀਤੀ ਜੀ ਮੈਨੂੰ ਯਾਦ ਨਹੀਂ 260 260,000 ਗਾਂ ਨੰਬਰ ਆ ਗਈ 4 ਇਹ ਵੀ ਪਹਿਲੀ ਪਹਿਲਾਂ ਨਾ ਦੂਜਾ ਨਾ ਇਹ ਵੀ ਛਿੱਗੀ ਹੈ ਕਿ ਜਵਾਨ ਹੈ ਛਿੱਗੀ ਅੱਛਾ ਇਹਦੀ ਕੀ ਡਿਮਾਂਡ ਜੇ ਕਿਤਨੇ ਕੁ ਦਿਹਾੜੇ ਕੱਢਦੀ ਜੇ ਇਹਦੇ ਅੱਜ ਸਾਹਿਬ 10 ਦਿਨ ਰਹਿ ਗਏ ਗਾਂ ਦੇ ਉਹਦੇ ਨਾਲ ਵੀ ਚੰਗੀ ਹੈ ਉਸ ਤਰ੍ਹਾਂ ਜਿਹੜੀ ਵਹਾਈ ਜੇ 3 ਨੰਬਰ ਉਹਦੇ ਨਾਲ ਹੋਈ ਜਾ ਇਹਦੇ ਵਿੱਚ ਜਾਨ ਵੀ ਆਏ ਅੰਗਸ ਵੀ ਆਏ ਉਹ ਪਤਾ ਨਹੀਂ ਢਿੱਲੀ ਕਿਉਂ ਹੈ ਹੁਣ ਤਰਨ ਦੀਆਂ ਸਫ਼ਰ ਦੀਆਂ ਥੱਕੀਆਂ ਨੇ ਨਾ ਅੱਛਾ ਗੱਡੀ ਦੀ ਖਲੋ ਖਲੋ ਅਤੇ ਥਾਣੇ ਦੇ ਜਿਹੜੇ ਕੋ ਡੱਕੋ ਇੱਥੇ ਲਿਆ ਸਾਹਮਣੇ ਕੀ ਡਿਮਾਂਡ ਜੇ ਇਹਦੀ ਕਿਹੜੀ ਉਮਰ ਹੈ ਆਪਣੀ ਭਾਈ ਸਾਹਿਬ ਦੂਜਾ ਸੂਏ ਚੋਲੋਸਤਾਨੀ ਆਸਟ੍ਰੇਲੀਅਨ ਦਾ ਕ੍ਰਾਸ ਹੈ ਅੱਛਾ ਜੇ ਕਿਸੇ ਭਰਾ ਨੂੰ ਪਸੰਦ ਆ ਜੇ ਤੇ ਫੈਨਲੀ ਜਿਹੜਾ ਇਹਦਾ ਮੁੱਲ ਉਟਾਈ ਜਾ ਚੋਲੋਸਤਾਨੀ ਕ੍ਰਾਸ ਹੈ ਤੇ ਦੂਜੇ ਸੂਏ ਸੋਣਾ ਸੋ ਮੂੰਹ ਤੇ ਛਿੱਗੀ ਹੈ ਦਿਹਾੜੇ 10 ਕੱਢਦੀ ਹੈ ਫਾਈਨਲ ਕਿੰਨਾ ਦੱਸਿਆ 2,250 ਹੈ 2.5 ਲੱਖ ਪੂਰਾ ਫਾਈਨਲ ਦਿਹਾੜੇ 10 ਕੱਢਦੀ ਹੈ ਆਪਣਾ ਗਾਂ ਨੰਬਰ 5 ਆਖਰੀ ਗਾਂ ਹੈ ਜੀ ਇਹਦੀ ਕਿ ਆਪਣਾ ਕੀ ਉਮਰ ਜੇ ਦੀ ਤੇ ਕਿਹੜੇ ਇਹ ਵੀ ਦੂਸਰੇ ਸੂਏ ਦੀ ਜਰਸੀ ਤੇ ਫਰੀਦਨ ਦਾ ਕ੍ਰਾਸ ਦੀ ਜਰਸੀ ਫਰੀਦਨ ਜੀ ਇਹ ਸਾਰੀਆਂ ਨੂੰ ਅੱਛੀ ਨਸਲ ਅੱਛੀ ਨਸਲ ਜੀ ਉਹ ਤੇ ਵੇਖਣ ਵਾਲੇ ਜਿਹੜੇ ਨੇ ਮੇਰੇ ਦੀ ਜ਼ਿਆਦਾ ਤੇਜ਼ ਹੁੰਦੇ ਨੇ ਬੰਦੇ ਜੀ ਹਣ ਬੜਾ ਸੋਹਣਾ ਸੀ ਇਹ ਤਾਂ ਯਾ ਰੰਗ ਵੀ ਵੇਖ ਲੈਂਦੇ ਨੇ ਤੇ ਜਿਹੜਾ ਹਿਸਾਬ ਕਿਤਾਬ ਸਾਰਾ ਜਿਹੜੇ ਗਾਵਾਂ ਦੇ ਯਕੀਨ ਨੇ ਮੁਦੱਸਰ ਸਾਡੇ ਨਾਲ ਤੇਜ਼ ਨੇ ਤਸੱਲੀ ਕਰਕੇ ਕੱਲ ਨੂੰ ਲਾਂਭਾ ਜਿਹੜਾ ਨਾ ਬਣੇ ਚੰਗਾ ਹੁੰਦਾ ਗਾਂ ਇੱਕ ਟਾਈਮ ਨੀ ਦੋ ਟਾਈਮ ਚੋਵੋ ਨਾ ਚੋ ਮੁਦੱਸਰ ਚਵਾਇਆ ਤੇ ਗੱਲ ਕਰੀਓ ਇਹਦੀ ਗੱਲ ਦੱਸੋ ਜੀ ਕੀ ਮੁਦੱਸਰ ਸਾਹਿਬ ਇਹਦੀ ਗੱਲ ਹੈ ਇਹਦੇ ਆਈ ਸਾਹਿਬ ਤਕਰੀਬਨ 7 ਕੁ ਦਿਨ ਰਹਿੰਦੇ ਨੇ ਸੂਣ ਵਿੱਚ ਅੱਛਾ ਠੀਕ ਹੈ ਨਸਲ ਤੁਹਾਨੂੰ ਦੱਸ ਰਹੀ ਹਾਂ ਇਹਦਾ ਜਿਹੜਾ ਮੁੱਲ ਹੈ ਨਾ ਫੈਨਲੀ ਉਹ 220 ਲਓ ਜੀ ਫਾਈਨਲ 220 ਹੈ ਨਸਲ ਵੀ ਦੱਸ ਰਹੀ ਨੇ ਉਮਰ ਵੀ ਦੱਸ ਰਹੀ ਨੇ ਦੂਜੇ ਸੂਏ ਸੋਣਾ ਸੁਣ ਤੇ ਰਹੀ ਗੱਲ ਦੂਜੀ ਮੇਰੀ ਵੀਡੀਓ ਵੇਖ ਕੇ ਨਹੀਂ ਛੜਾ ਤਮਾਦ ਕਰਨਾ ਨਾ ਮੈਂ ਦੱਸਿਆ ਦੀਆਂ ਗੱਲਾਂ ਤੇ ਤਮਾਦ ਕਰਨਾ ਤਮਾਦ ਇੱਥੇ ਕਰੋ ਰੇਤ ਤੇ ਤਮਾਦ ਚੋ ਕੇ ਆਪਣੀ ਤਸੱਲੀ ਕਰਕੇ ਪਸੰਦ ਕਰਕੇ ਤੇ ਗਾਂ ਜਨਾਬ ਫਿਰ ਜਿਹੜੀ ਪਰਖ ਕੇ ਤੇ ਗਾਂ ਨੰਬਰ 6 ਪਾਣੀ ਜੇ ਉਹ ਵੀ ਉਹ ਜਿਹੜੀ ਮੀਣੀ ਪਾਣੀ ਜੇ ਕਿਤਵੇਂ ਸੂਏ ਤੀਜੇ ਸੂਏ ਚਲੋ ਲੈਂਦਾ ਆਦਮ ਲਿਆਉਂਦਾ ਨਾ ਅੱਛਾ ਬਹਰਹਾਲ ਤੁਸੀਂ ਤਸੱਲੀ ਕਰ ਲੈਣੀ ਹੈ ਭਰਾਵਾਂ ਨੇ ਗਾਂ ਆ ਕੇ ਪਰਖ ਲੈਣੀ ਹੈ ਦੋ ਟਾਈਮ ਚੋਵੋ ਦੋ ਦਿਹਾੜੇ 4 ਟਾਈਮ ਬਣਦੀ ਹੈ ਦੋ ਟਾਈਮਾਂ ਵਿੱਚ ਇੱਕ ਦਿਹਾੜਾ ਬਣਦਾ ਆਪਣੀ ਤਸੱਲੀ ਕਰਕੇ ਗਾਂ ਤੇ ਮਾਸ਼ਾਅੱਲਾ ਜੀ ਗਾਂ ਦੀ ਹਾਈਟ ਵੀ ਚੰਗੀ ਹੈ ਤੇ ਮੀਣੀ ਗਾਂ ਹੈ ਗਾਂ ਨੰਬਰ 6 ਤੇ ਕਿੰਨੇ ਸੂਏ ਜੀ 12 ਦਿਨ ਰਹਿੰਦੇ ਜੀ ਤੀਜਾ ਸੂਆ ਨੇ ਸੋਣਾ 12 ਦਿਨ ਰਹਿੰਦੇ ਸੁਪੂਰ ਅੱਛਾ ਉਹ ਜੀ ਠੀਕ ਹੈ ਮੂੰਹ ਬਿਲਕੁਲ ਸਾਊਥ ਇੰਜ ਮੋੜ ਕੇ ਆ ਮੂੰਹ ਖਾ ਦਾਂ ਇਹ ਬਿਲਕੁਲ ਹੈ ਵੇਖੋ ਨਾ ਇਹ ਤੇ ਕੰਨੀਆਂ ਵੀ ਨਹੀਂ ਬਰਾਬਰ ਕੀਤੀਆਂ ਇਹ ਛੇਕ ਦੀ ਚਲੋ ਇਹ ਤੀਜਾ ਹੋਣੇ ਨੇ ਸੋਣਾ ਤੀਜਾ ਸੋਣਾ ਸੋਣਾ ਇਹ ਕਿਹੜੀ ਨਸਲ ਜੇ ਆਸਟ੍ਰੇਲੀਅਨ ਦੀ ਫੇਵਰ ਆਸਟ੍ਰੇਲੀਅਨ ਜੀ ਖਾਣ ਸ਼ਾਨ ਵੀ ਸੋਹਣੇ ਖਾਣ ਵੀ ਸੋਹਣਾ ਬਸ ਬਸ ਅੱਛਾ ਇਹਦੀ ਕੀ ਡਿਮਾਂਡ ਜੇ ਇਹਦਾ ਹਿਸਾਬ ਫੈਮਿਲੀ ਜਿਹੜਾ ਮੁੱਲ ਇਹਨੂੰ ਹਾਂ ਉਹ 3,10,000 ਇਹਦਾ 3,10,000 ਹੈ ਜੀ ਇਹ ਫਾਈਨਲ ਫਾਈਨਲ ਬਾਕੀ ਇਹਦਾ ਰੇਟ ਕਿਉਂ ਜ਼ਿਆਦਾ ਯਾਰ ਇਹ ਗਾਂ ਦੁੱਧ ਦਿੰਦੀ 34-35 ਕਿਲੋ
ਅੱਛਾ ਦੁੱਧ ਦਾ ਹੈ 34-35 ਕਿਲੋ ਜਾਏ ਹੁਣ ਤੁਹਾਨੂੰ ਵੀ ਪਤਾ ਹੀ ਹੈ ਦਿਹਾੜੇ 12 ਰਹਿੰਦੇ ਨੇ ਹੁਣ ਵੀ ਗਾਂ ਬਿਲਕੁਲ ਕਿੰਨਾ ਲਾਏ ਆ ਮਾਸ਼ਾਅੱਲਾ ਸੋਹਣਾ ਇਹ ਤੇ ਗੱਡੀ ਦੇ ਸਫਰਾਂ ਨਾਲ ਗਾਂ ਥੱਕੀ ਅੱਛਾ ਦੁੱਧ 34-35 ਕਿਲੋ ਦਿੰਦੀ ਹੈ ਜੀ ਦੁੱਧ ਮੁਦਸਰ ਜਿਹੜਾ ਦੱਸਣਾ ਪੂਰਾ ਕਰਾਣਾ ਮੈਂ ਕਹਿੰਦਾ ਅੱਲਾ ਦਾ ਹੁਕਮ ਹੈ ਜਿਹੜਾ ਭਰਾ ਲੈ ਜੇ ਲੰਭ ਆਇਆ ਤੇ ਮੈਂ ਚੱਲਾਉਂਦਾ ਨਾ ਹੋਵੇ ਤੇ ਬੰਦੇ ਨੂੰ ਆਖਣਾ ਆਪਣੀ ਤਸੱਲੀ ਦੋਏ ਟਾਈਮ ਕਰ ਲੈ ਇੱਥੇ ਤਸੱਲੀ ਕਰਕੇ ਲਗਾ ਜਾ ਜਿਹੜੇ ਵੇ ਤੇਰੀ ਤਸੱਲੀ ਹੋ ਗਈ ਉਸ ਵੇ ਲੈ ਕੇ ਜਾਈ ਬਿਲਕੁਲ ਸਹੀ ਕੀ ਖਿਆਲ ਹੈ ਤੇ ਲਓ ਜੀ ਇਸੇ ਵੀਡੀਓ ਦੇ ਨਾਲ ਦਿਓ ਇਜਾਜ਼ਤ ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ ਫਿਰ ਮਿਲਾਂਗੇ ਰੱਬ ਰੱਖਾ ਆਪਣਾ ਜ਼ਰੂਰ ਖਿਆਲ ਰੱਖਣਾ ਮੈਂ ਭਰਾਵਾਂ ਦਾ ਦੁਆਗੋ ਹਾਂ ਅਤੇ ਜ਼ਿੰਦਗੀ ਲਈ ਅਤੇ ਫਿਰ ਇਨਸ਼ਾਅੱਲਾ ਮਿਲਾਂਗੇ ਨੰਬਰ ਮੇਰਾ ਨੋਟ ਕਰ ਲਓ ਫਿਰ ਭਰਾਵਾਂ ਕਈਆਂ ਦੇ ਫੋਨ ਆਉਂਦੇ ਨੇ ਆਈ ਸਾਹਿਬ ਤੁਹਾਡਾ ਨੰਬਰ ਜਿਹੜਾ ਨਾ ਬੜਾ ਲੋੜਨਾ ਪੈਂਦਾ ਨਿੱਕੇ ਨੂੰ ਫੋਨ ਕਰਨਾ ਪੈਂਦਾ ਫਿਰ ਉਹਦੇ ਕੋਲ ਨੰਬਰ ਲੱਭਦਾ ਮੈਂ ਮਾਈਕ 'ਤੇ ਵੀ ਲਿਖਿਆ ਨੰਬਰ ਫਿਰ ਵੀ ਬੋਲਣਾ ਗਾਹ ਬਗਾਹ ਮੈਂ ਤਕਰੀਬਨ ਵੀਡੀਓ ਵਿੱਚ ਬੋਲਦਾ ਰਹਿੰਦਾ ਫਿਰ ਬੋਲ ਸਕਣਾ 0346-6821-562 ਮੇਰਾ ਨੰਬਰ ਹੈ ਅਤੇ ਇਸੇ ਵੀਡੀਓ ਦੇ ਨਾਲ ਦਿਓ ਇਜਾਜ਼ਤ ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ ਫਿਰ ਮਿਲਾਂਗੇ ਰੱਬ ਰੱਖਾ ਪਾਕਿਸਤਾਨ ਜ਼ਿੰਦਾਬਾਦ।